ਸ਼ਲੋਕ ਮਹੱਲਾ ਪੰਜਵਾਂ। ਰਾਮ ਜਪੋ ਵਡਭਾਗਿਓ, ਜਲ ਥਲ ਪੂਰਨ ਸੋਏ, ਨਾਨਕ ਨਾਮ ਧਿਆਈਐ, ਬਿਘਨ ਨ ਲਾਗੈ ਕੋਈ। ਰਾਮ ਜਪੋ ਵਡਭਾਗਿਓ, ਜਲ ਥਲ ਪੂਰਨ ਸੋਏ। ਉਹ ਦਸਰਥ ਦੇ ਬੁੱਢੇ ਰਾਮ ਨੂੰ ਨਾ ਜਪੋ, ਕਹਿਣ ਦਾ ਮਤਲਬ ਇਹ ਹੈ ਰਾਮ ਜਪੋ ਵਡਭਾਗਿਓ, ਰਾਮ ਨੂੰ ਜਾਣੋ ਸਮਝੋ, ਜਿਹੜਾ ਸਾਰਿਆਂ ਦੇ ਅੰਦਰ ਹੈ। ਸਭੇ ਘਰ ਰਾਮ ਬੋਲਦਾ, ਉਹਨੂੰ ਜਪੋ, ਉਹਨੂੰ ਦੇਖੋ ਕੌਣ ਹੈ। ਪਰ ਪੂਰਨ ਤੋਂ ਕੀ ਭਾਵ ਹੈ? ਜਲ ਥਲ ਪੂਰਨ ਸੋਏ, ਪੂਰਾ ਕਰ ਰਿਹਾ ਉਹ ਅਧੂਰੇ ਮਨ ਨੂੰ। ਅੱਛਾ ਜੀ, ਗੁਰਦੇਵ ਹੈ ਨਾ, ਗਿਆਨ ਤਾਂ ਉਹ ਤੋਂ ਲੈ ਨਹੀਂ ਰਿਹਾ, ਗਿਆਨ ਮਨ ਉਹਦੀ ਸੁਣ ਨਹੀਂ ਰਿਹਾ, ਉਹਦੀ ਮੰਨ ਨਹੀਂ ਰਿਹਾ। ਨਾਨਕ ਨਾਮ ਧਿਆਈਐ, ਬਿਘਨ ਨਾ ਲਾਗੈ ਕੋਈ। ਨਾਨਕ ਜੇ ਨਾਮ ਦੇ ਵਿੱਚ ਧਿਆਨ ਰੱਖੀਏ ਤਾਂ ਬਿਘਨ ਕੋਈ ਵੀ ਨਹੀਂ ਲੱਗਦਾ। ਇਹ ਧਿਆਨ ਉਹ ਜਿਹਨੇ ਰੱਖਦਾ, ਧਿਆਨ ਹੋਰ ਪਾਸੇ ਰੱਖ ਲੈਂਦਾ, ਬਾਹਰੋਂ ਗੁਰੂ ਬਣਾ ਲੈਂਦਾ, ਜਾਂ ਲੋਭ ਵਿੱਚ ਧਿਆਨ ਰੱਖ ਲੈਂਦਾ, ਜਾਂ ਮੋਹ ਵਿੱਚ ਧਿਆਨ ਰੱਖ ਲੈਂਦਾ, ਜਾਂ ਕੋਈ ਆਪਣਾ ਹੀ ਹੋਰੇ ਕੱਢ ਲੈਂਦਾ, ਛਤਰਾਂ 'ਚ ਖੇਲਣ ਲੱਗ ਜਾਂਦਾ, ਧਿਆਨ ਵੱਟ ਜਾਂਦਾ। ਮਹੱਲਾ ਪੰਜਵਾਂ। ਕੋਟ ਬਿਗਨ ਤੇ ਜਿਸ ਨੂੰ ਵਿਸਰੇ ਨਾਉ, ਨਾਨਕ ਆਨ ਦਿਨ ਬਿਲਪਤੇ, ਜਿਉ ਸੁਣੈ ਕਰ ਕਾਉ। ਜਿਹਨੂੰ ਨਾਉ ਵਿਸਰ ਜਾਂਦਾ, ਉਹਨੂੰ ਕਰੋੜਾਂ ਵਿਘਨ ਲੱਗ ਜਾਂਦੇ ਨੇ, ਰਸਤੇ 'ਚ ਵਿਘਨ ਪੈ ਜਾਂਦੇ ਨੇ, ਕਰੋੜਾਂ ਔਗਣਾਂ ਚਿੰਬੜਦੇ ਨੇ ਉਹਨੂੰ, ਜਿਸ ਕੋ ਵਿਸਰੇ ਨੂੰ। ਠੀਕ ਹੈ, ਨਾਨਕ ਆਨ ਦਿਨ ਬਿਲਪਤੇ, ਜਿਉ ਸੁਣੈ ਕਰ ਕਾਉ। ਨਾਨਕ ਦਿਨ ਰਾਤ ਬਿਲਵਾਪ ਕਰਦੇ ਰਹਿੰਦੇ ਨੇ, ਜੋ ਸੁਣਨੇ ਘਰ 'ਚ ਕੌਮ ਬਿਲਪਦੇ ਨੇ। ਖਾਣ ਨੂੰ ਕੁਛ ਹੁੰਦਾ ਨੀ ਵਿਚਾਰੇ ਨੂੰ, ਉੱਥੇ ਜਿਹੜਾ ਘਰੇ ਸੁਣਨਾ ਉੱਥੇ ਖਾਣ ਪੀਣ ਨੂੰ ਕੁਛ ਹੈ ਨੀ, ਉਹਨਾਂ ਨੇ ਬਿਲਪਣਾ ਹੀ ਆ, ਉੱਥੇ ਹੋਰ ਕੀ ਕਰਨਾ। ਘਰ ਦਾ ਮਤਲਬ ਹੈ ਵੀ ਅੰਦਰ ਕੋਈ ਗਿਆਨ ਨੀ ਹੈਗਾ, ਉੱਧਰ ਗਿਆਨ ਹਿਰਦੇ 'ਚ ਹੈ ਨੀ। ਜੇ ਜੋਗੀ ਉੱਥੇ ਜਾ ਕੇ ਸਮਾਧੀ ਲਾਉਂਦਾ ਵੀ ਇਹ ਬਿਲਪਦਾ ਹੀ ਆ ਵਿਚਾਰਾ, ਹੈ ਤਾਂ ਹੈ ਨੀ ਕੋਈ ਖਾਣ ਨੂੰ, ਸ਼ਬਦ ਵਿਚਾਰ ਤਾਂ ਹੈ ਨੀ ਉੱਥੇ, ਘਰ 'ਚ ਵੀ ਸੁਣਦਾ ਹਨੇਰਾ। ਪੌੜੀ ਸਿਮਰ ਸਿਮਰ ਦਾਤਾਰ, ਮਨੋਰਥ ਪੂਰਿਆ, ਇਛ ਪੁੰਨੀ ਮਨ ਆਸ ਗਏ ਵਿਸੂਰਿਆ। ਸਿਮਰ ਸਿਮਰ ਦਾਤਾਰ, ਮਨੋਰਥ ਪੂਰਿਆ, ਦਾਤਾਰ ਨੂੰ ਸਿਮਰਨ ਕਰਦਿਆਂ 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 ਮਨੋਰਥ ਪੂਰੇ ਹੋ ਗਏ, ਸਾਰੇ ਮਨੋਰਥ ਪੂਰੇ ਹੋ ਗਏ। ਠੀਕ ਹੈ ਜੀ, ਇਛ ਪੁੰਨੀ ਮਨ ਆਸ ਗਏ ਵਿਸੂਰਿਆ। ਇਛ ਪੁੰਨੀ ਮਨ ਆਸ ਗਏ ਵਿਸੂਰਿਆ, ਇੱਛਾ ਸੀ ਜਿਹੜੀ, ਇੱਕ ਆਸ ਜਿਹੜੀ ਸੀ ਰੱਖੀ ਹੋਈ, ਇੱਛ ਇੱਕ ਵਚਨ ਵਿੱਚ ਇੱਕੋ ਇੱਛਾ ਸੀ, ਉਹ ਕੀ ਸੀ? ਲੋਭ ਦੀ। ਇੱਕ ਆਸ ਰੱਖੋ ਮਨ ਬੋਲੇ, ਇੱਛ ਪੁਨੀ ਮਨ ਆਸ, ਮਨ ਦੇ ਵਿੱਚ ਮਨ ਦੀ ਜਿਹੜੀ ਆਸ ਸੀ ਪੂਰੀ ਹੋ ਗਈ। ਗਏ ਵਸੂਰਿਆ, ਸਾਰੇ ਫਿਕਰ ਦੂਰ ਹੋ ਗਏ, ਫਿਕਰ ਐਸੇ ਦੇ ਤੇ ਕਿ ਨਾਮ ਮਿਲ ਜਵੇ, ਨਾਮ ਮਿਲ ਗਿਆ, ਚਿੰਤਾਵਾਂ ਮੁੱਕ ਗਈਆਂ, ਅਗਲਾ ਜਨਮ ਨਹੀਂ ਆਉਣਾ ਹੁਣ। ਜਿਵੇਂ ਆਨੰਦ ਸਾਹਿਬ ਚ ਕਹਿੰਦੇ ਜੀ, ਉਤਰੇ ਸਗਲ ਵਿਸੂਰੇ। ਠੀਕ ਹੈ ਜੀ, ਪਾਇਆ ਨਾਮ ਨਿਧਾਨ ਜਿਸ ਨੂੰ ਭਾਲਦਾ, ਜੋਤ ਮਿਲੀ ਸੰਗ ਜੋਤ ਰਹਿਆ ਘਾਲਦਾ। ਪਾਇਆ ਨਾਮ ਨਿਧਾਨ, ਨਾਮ ਨਿਧਾਨ ਪਾ ਲਿਆ, ਸੁਰਤ ਸ਼ਬਦ ਨਾਲ ਜੁੜ ਗਈ, ਜਿਸ ਨੂੰ ਭਾਲਦਾ ਭਾਲਦਾ ਇਸੇ ਨੂੰ ਭਾਲਦਾ ਸੀ, ਮਿਲ ਗਿਆ। ਜੋਤ ਮਿਲੀ ਸੰਗ ਜੋਤ ਰਹਿਆ ਘਾਲਦਾ, ਬਸ ਫਿਰ ਕੀ ਹੈ? ਜੋਤ ਜੋਤ ਨਾਲ ਜਦ ਮਿਲ ਗਈ, ਸ਼ਬਦ ਵਿਚਾਰ ਚੱਲਦਾ ਹੀ ਰਿਹਾ, ਫਿਰ ਸ਼ਬਦ ਵਿਚਾਰ ਨਹੀਂ ਰੁਕਿਆ, ਫਿਰ ਵਿਚਾਰ ਚੱਲਦੀ ਹੋਈ ਰਹੀ, ਆਪੇ ਚੱਲ ਪਈ, ਆਪੇ ਆਟੋਮੈਟਿਕ ਚੱਲ ਪਈ, ਚਲਾਉਣ ਦੀ ਲੋੜ ਨਹੀਂ ਰਹੀ। ਠੀਕ ਹੈ ਜੀ, ਹੁਣ ਤਾਂ ਚਲਾਉਣ ਦੀ ਲੋੜ ਰਹਿੰਦੀ ਸੀ, ਹੁਣ ਆਟੋਮੈਟਿਕ ਚੱਲ ਪਈ। ਇਹ ਕਿਹੜੀ ਕਿਹੜੀ ਜੋਤ ਕਿਹਦੇ ਚ ਮਿਲੀ ਜੀ? ਜਗ ਚਿੱਤਨ ਮਨ ਇੱਕੋ ਗਏ। ਅੱਛਾ ਜੀ, ਤੇ ਘਾਲਣਾ ਸਫਲ ਹੋ ਗਈ। ਹਾਂ ਠੀਕ ਹੈ ਜੀ, ਸੁਖ ਸਹਿਜ ਆਨੰਦ ਉੱਠੇ ਤਿੱਤ ਘਰ, ਆਵਣ ਜਾਣ ਰਹੇ ਜਨਮ ਨਾ ਤਹਾਂ ਮਰ।
ਸੁਖ ਸਹਿਜ ਆਨੰਦ ਸਹਿਜ ਸੁਖ ਇੱਕ ਹੁੰਦਾ ਕੁੰਦਰ ਸੁਖ ਸਹਿਜ ਸੁਖ ਹੈ ਉਹ ਸੁਖ ਜਾਗਰਤ ਅਵਸਥਾ ਵਾਲਾ ਸੁਖ ਸੰਸਾਰੀ ਸੁਖ ਜਾਗਰਤ ਵਾਲਾ ਅਵਸਥਾ ਵਾਲੇ ਸੁਖ ਨਹੀਂ ਹੈ ਜਾਗਰਤ ਅਵਸਥਾ ਵਾਲਾ ਸੁਖ ਪ੍ਰਾਪਤ ਹੋ ਗਿਆ ਸੱਚਖੰਡ ਵਾਲਾ ਸੁਖ ਪ੍ਰਾਪਤ ਹੋ ਗਿਆ ਸੱਚਖੰਡ ਵਿੱਚ ਜਿਹੜੇ ਜਾਗਦੇ ਨੇ ਆਨੰਦ ਪੈਦਾ ਹੋ ਗਿਆ ਪਰਮ ਆਨੰਦ ਦੀ ਅਵਸਥਾ ਚਲਾ ਗਿਆ ਸਹਿਜ ਸੁਖ ਸੁਖ ਆਨੰਦ ਬੁੱਠੇ ਤਿੱਤ ਘਰ ਜਿਹੜੇ ਘਰ ਦੇ ਵਿੱਚ ਉਹ ਉੱਠਦਾ ਨਾ ਸ਼ਬਦ ਗੁਰੂ ਪ੍ਰਗਟ ਹੁੰਦਾ ਉੱਥੇ ਸੁਖ ਸਹਿਜ ਆਨੰਦ ਹੋ ਜਾਂਦਾ ਆਵਣ ਜਾਣ ਰਹੇ ਜਨਮ ਨਾ ਤਾਂ ਮਰ ਉੱਥੇ ਆਵਣ ਜਾਣ ਬੁੱਕ ਜਾਂਦਾ ਆਨੰਦ ਜਨਮ ਨਾ ਬਣਨਾ ਉੱਥੇ ਜਨਮ ਪਦਾਰਥ ਮਿਲ ਗਿਆ ਹੈ ਜੀ ਮਰਨ ਦੀ ਉਹ ਦੂਰ ਹੋ ਗਈ ਇਸ ਤਰ੍ਹਾਂ ਗੱਲ ਜਨਮ ਮਰਨ ਦਾ ਮੁੱਕ ਜਾਣਾ ਹੀ ਸਗਲ ਬਸੂਰੇ ਉਤਰੇ ਨੇ ਉਤਰੇ ਸਗਲ ਬਸੂਰੇ ਜਨਮ ਮਰਨ ਖਤਮ ਹੋ ਗਿਆ ਠੀਕ ਹੈ ਜੀ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ ਗੁਰਪ੍ਰਸਾਦ ਨਾਨਕ ਸੱਚ ਸਮਾਇਆ ਸਾਹਿਬ ਔਰ ਸੇਵਕ ਇੱਕੋ ਹੀ ਸੀ ਐਵੇਂ ਦੋ ਬੰਦੇ ਸੀ ਲੱਗਦੇ ਸੀ ਦੋ ਅੱਛਾ ਸੇਵਕਾ ਸਾਹਿਬ ਤਾਂ ਇੱਕੋ ਹੀ ਤੇ ਦੋ ਤਾਂ ਹੋਏ ਹੋਏ ਤੇ ਉਹ ਦੋ ਹੱਥ ਤੇ ਸਰੀਰ ਤਾਂ ਇੱਕੋ ਹੀ ਸੀ ਵਾਵਾ ਹੀ ਦੋ ਸੀਆਂ ਸਰੀਰ ਤਾਂ ਇੱਕੋ ਹੀ ਸੀ ਦੋ ਦੇ ਬਿਨਾ ਕੰਮ ਨਹੀਂ ਹੁੰਦਾ ਇੱਕ ਹੱਥ ਕਿਵੇਂ ਕੰਮ ਕਰੂ ਦੋ ਹੱਥ ਹੋਣਗੇ ਤਾਂ ਕੱਪੜਾ ਹੀ ਨਹੀਂ ਚੜਦਾ ਪਹਿਲਾਂ ਇੱਕ ਹੱਥ ਨੂੰ ਸਾਹਿਬ ਸੇਵਕ ਇੱਕ ਹੁੰਦਾ ਹੀ ਇੱਕ ਹੈ ਸਾਹਿਬ ਇੱਕ ਦ੍ਰਿਸ਼ਟੀ ਆਇਆ ਇੱਕ ਦ੍ਰਿਸ਼ਟਾਇਆ ਇੱਕੋ ਹੀ ਦ੍ਰਿਸ਼ਟਵਾਨ ਹੋ ਗਿਆ ਹੁਣ ਐਨ ਪੂਰੀ ਸਮਝ ਹੋ ਗਈ ਵੀ ਇੱਕੋ ਹੀ ਹੈ ਪਹਿਲਾਂ ਸੁਣਿਆ ਸੀ ਦੇਖਿਆ ਨਹੀਂ ਸੀ ਇੱਕ ਕਰਕੇ ਹੀ ਦ੍ਰਿਸ਼ਟਮਾਨ ਹੋਇਆ ਇੱਕ ਕਰਕੇ ਹੀ ਦੇਖ ਲਿਆ ਇੱਕੋ ਹੀ ਦੇਖ ਲਿਆ ਇੱਕ ਦੀ ਸਮਝ ਆ ਗਈ ਇੱਕ ਦ੍ਰਿਸ਼ਟ ਆਇਆ ਗੁਰਪ੍ਰਸਾਦ ਨਾਨਕ ਸਤ ਸਮਾਇਆ ਗੁਰਪ੍ਰਸਾਦ ਦੀ ਨਾਨਕ ਸਤ ਸਮਾਇਆ ਗਿਆਨ ਦੀ ਕਿਰਪਾ ਦੇ ਨਾਲ ਨਾਨਕ ਸੱਚ ਵਿੱਚ ਸਮਾ ਗਿਆ ਦੇਖੋ ਆ ਫੇਰ ਪਿਛਲੀ ਪੰਕਤੀ ਦੇ ਵਿੱਚ ਇੱਕ ਦਾ ਦਰਸ਼ਨ ਕਰਾਤਾ ਗੁਰਬਾਣੀ ਦੇ ਕੋਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾ ਤਾਂ ਸੋਭਨ ਤੇ ਸੱਜਣ ਜਾਈ ਸੇਵਕ ਔਰ ਸਾਹਿਬ ਇੱਕ ਹੈ ਇੱਕ ਦ੍ਰਿਸ਼ਟਮਾਨ ਹੋ ਗਿਆ ਕਿਵੇਂ ਹੋ ਗਿਆ ਸਾਰੀ ਕਹਾਣੀ ਦੇ ਅਖੀਰ ਚ ਆ ਕੇ ਦੱਸ ਦਿੱਤਾ ਕੋਈ ਦੁਨੀਆ ਦਾ ਗ੍ਰੰਥ ਐਸਾ ਦਿਖਾਓ ਮੈਨੂੰ ਜਿਹੜਾ ਇੱਕ ਦਾ ਦਰਸ਼ਨ ਇਸ ਤਰੀਕੇ ਨਾਲ ਕਰਾਉਂਦਾ ਹੋਵੇ ਨਹੀਂ ਕਰਾ ਰਿਹਾ ਕੋਈ ਵੀ ਇਹ ਗੱਲ ਮੈਂ ਮੁਸਲਮਾਨ ਨੂੰ ਕਹੀ ਸੀ ਇੱਕ ਕੀ ਹੈ ਕੁਰਾਨ ਦਾ ਵਿਸ਼ਾ ਨਹੀਂ ਹੈ ਇੱਕ ਕੀ ਹੈ ਗੁਰਬਾਣੀ ਦਾ ਵਿਸ਼ਾ ਹੈ ਗੁਰਬਾਣੀ ਦਾ ਵਿਸ਼ਾ ਹੀ ਇਹ ਹੈ ਬਾਕੀ ਦਾ ਸਾਨੂੰ ਸਮਝਾ ਕੇ ਘੇਰ ਕੇ ਲਿਆ ਕੇ ਸਾਡੀ ਸੁਰਤੀ ਟਿਕਾ ਕੇ ਫਿਰ ਇੱਕ ਦੱਸਿਆ ਆਖਰ ਚ ਚਾਰੇ ਪਾਸੋਂ ਖਿੰਡੀ ਹੋਈ ਸੁਰਤੀ ਲਿਆ ਕੇ ਟਿਕਾ ਕੇ ਆਖਰੀ ਪੰਕਤੀ ਵਿੱਚ ਇੱਕ ਦਾ ਦਰਸ਼ਨ ਕਰਾਇਆ ਇੱਕ ਕੀ ਹੈ ਆਖਰੀ ਪੰਕਤੀ ਵਿੱਚ ਲਿਆ ਕੇ ਖੜਾ ਕਰਤਾ ਸਾਹਿਬ ਸੇਵਕ ਇੱਕ ਦ੍ਰਿਸ਼ਟਾਇਆ ਗੁਰਪ੍ਰਸਾਦ ਨਾਨਕ ਸੱਚ ਸਮਾਇਆ ਸੱਚ ਸਮਾ ਗਿਆ ਜਾਂ ਸਮਾ ਗਿਆ ਸੱਚ ਦੇ ਵਿੱਚ ਇੱਕੋ ਹੀ ਹੋ ਗਿਆ ਫਿਰ ਹਾਂਜੀ ਜਾਂ ਨਾਨਕ ਸੱਚ ਵਿੱਚ ਸਮਾ ਗਿਆ ਤੇ ਸੱਚ ਤਾਂ ਹੁੰਦਾ ਹੀ ਇੱਕ ਹੈ ਸੱਚ ਦੋ ਹੁੰਦਾ ਹੀ ਨਹੀਂ ਸਚਿਆਰਾ ਹੋ ਗਿਆ ਮਨ ਸੱਚ ਵਿੱਚ ਸਮਾ ਗਿਆ ਇੱਕੋ ਹੀ ਹੋ ਗਏ ਠੀਕ ਹੈ ਜੀ